ਨਵਾਂ ਨਵਾਂ ਆਇਆ ਸ਼ੋਰੂਮ ਖੁੱਲਿਆ ਬਠਿੰਡੇ। ਮੁੱਖ ਮੰਤਰੀ ਉਦੋਂ ਵੱਡਾ ਬਾਪੂ ਸੀ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ। ਬਾਦਲ ਸਾਹਿਬ ਨੂੰ ਰੀਬਨ ਕੱਟਣ ਵਾਸਤੇ ਸੱਦ ਲਿਆ ਮੈਨੇਜਰ ਨੇ। 20-25 ਸਾਲ ਪੁਰਾਣੀ ਗੱਲ ਹੋਣੀ ਹੈ। ਕਹਿੰਦੇ ਜੀ ਨਾਲੇ ਰੀਬਨ ਕੱਟ ਜੋ, ਚਾਰ ਸ਼ਬਦ ਟਰੈਕਟਰ ਬਾਰੇ ਬੋਲ ਜੋ, ਤੁਹਾਡੇ ਮਗਰ ਜੱਟ ਵਾਹ ਵਾਹ ਲੱਗਦੇ ਨੇ, ਚਾਰ ਟਰੈਕਟਰ ਵੱਧ ਵਿਕ ਜਾਣਗੇ। ਬਾਦਲ ਸਾਹਿਬ ਜੀ ਨੂੰ ਪਤਾ ਵੀ ਬੁਲਾ ਕੇ ਫਤਿਹ, ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਹਿੰਦੇ ਕਿਸਾਨ ਭਰਾਵੋ 25 ਗਰਾ ਟਰੈਕਟਰ ਬੜਾ ਵਧੀਆ ਟਰੈਕਟਰ ਹੈ। ਮੈਨੇਜਰ ਕਹਿੰਦਾ ਕਿਸ਼ਤਾਂ ਕੋਈ ਜ਼ਿਆਦਾ ਨਹੀਂ, ਵਿਆਜ ਕੋਈ ਜ਼ਿਆਦਾ ਨਹੀਂ, ਤੇਲ ਵੀ ਘੱਟ ਖਾਂਦਾ, ਲੈ ਲੈਣਾ ਚਾਹੀਦਾ। ਪਰ ਨਾਲ ਪੋਲਾ ਜਾ ਬਾਦਲ ਸਾਹਿਬ ਪਤਾ ਕੀ ਕਹਿ ਗਏ, ਕਹਿੰਦੇ ਬਾਕੀ ਗੱਲਾਂ ਦੀਆਂ ਗੱਲਾਂ ਫੋੜ ਫੋੜ ਹੀ ਹੈ। ਨੀ ਸਾਡੀ ਅੜਗੀ ਕਰਾਰੀ ਉਹ ਲਾਉਣੀ ਤੇਰੇ ਨਾਲ ਯਾਰੀ।